ਕਰੀਏ ਜੀ। ਹਾਂਜੀ, ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ 'ਚ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਹੋ ਰਹੇ ਆ ਜਵਾਨ ਮੁੰਡਿਆਂ ਨੂੰ ਵਾਪਸ ਲਿਆਉਣ ਵਾਸਤੇ, ਔਰ ਬੜਾ ਵੱਡਾ ਉਪਰਾਲਾ ਸਰੀਨਾ ਜਿੰਮ ਵਾਲਿਆਂ ਨੇ ਆਹ ਮੁੰਡਿਆਂ ਨੇ ਰਲ ਕੇ ਕਰ ਰਹੇ ਨੇ, ਔਰ ਮੈਂ ਵੀ ਇਹਨਾਂ ਦਾ ਨਾਲ ਸਾਥ ਦੇ ਰਿਹਾ। ਜਿੱਥੇ ਜਿੱਥੇ ਮੇਰੀ ਲੋੜ ਹੁੰਦੀ ਹੈ ਮੈਂ ਨਾਲ ਹੁੰਦਾ। ਲਡਾਲਾ ਪਿੰਡ ਸਾਡੇ ਸਟਰੋਂਗ ਬੈਂਡ ਅਤੇ ਪਾਵਰ ਲਿਫਟਿੰਗ ਦਾ ਟੂਰਨਾਮੈਂਟ ਹੋ ਰਿਹਾ, ਜਲੰਧਰ ਤੋਂ ਆਪਾਂ ਅੰਮ੍ਰਿਤਸਰ ਜਾਈਏ, ਉੱਥੇ ਪਿੰਡ ਪੈਂਦਾ। ਅਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ, ਪੰਜਾਬ ਵਾਲਿਆਂ ਨੂੰ, ਤੁਸੀਂ ਹੁੰਮ ਹੁਮਾ ਕੇ ਸਾਰੇ ਉੱਥੇ ਆਓ ਅਤੇ ਸ਼ਾਬਾਸ਼ੀ ਦਿਓ ਇਹੋ ਜਿਹੇ ਬੰਦਿਆਂ ਨੂੰ। ਆ ਦੇਖੋ ਕਿੰਨੇ ਖੂਬਸੂਰਤ ਜਵਾਨੀ, ਇਹੋ ਜਿਹੀ ਜਵਾਨੀ ਮੈਂ ਕਿਤੇ ਦੇਖਦਾ ਹੁੰਦੀ ਅੱਜ ਤੋਂ 40 ਸਾਲ ਪਹਿਲਾਂ ਪੰਜਾਬ ਦੇ ਵਿੱਚ। ਅਤੇ ਇਹ ਜਵਾਨੀ ਆਪਾਂ ਕਾਇਮ ਤਾਂ ਹੀ ਰੱਖ ਸਕਾਂਗੇ ਜੇ ਤੁਹਾਡਾ ਸਾਥ ਮਿਲੂਗਾ। ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਸਾਰੇ ਜ਼ਰੂਰ ਆਇਓ ਜੀ, ਇਹਨਾਂ ਨੂੰ ਥਾਪੜੇ ਦਿਓ ਆ ਕੇ, ਕਿਉਂਕਿ ਤੁਹਾਡੀ ਬਹੁਤ ਜ਼ਰੂਰਤ ਹੈ। ਔਰ ਅੱਜ ਪੰਜਾਬ ਨੂੰ ਇਸ ਵਿਸ਼ੇ ਦੀ ਬੜੀ ਲੋੜ ਆ ਕਿ ਆਪਾਂ ਜਿੰਨੇ ਨੌਜਵਾਨ ਆ ਸਾਰੇ ਖਿੱਚ ਕੇ ਆਪਾਂ ਉਹਨਾਂ ਨੂੰ ਸਪੋਰਟਸ ਦੇ ਵਿੱਚ ਲੈ ਕੇ ਆਈਏ। ਬੇਸ਼ੱਕ ਉਹ ਪਾਵਰ ਲਿਫਟਿੰਗ ਹੋਵੇ, ਬਾਡੀ ਬਿਲਡਿੰਗ ਹੋਵੇ, ਕ੍ਰਿਕਟ ਹੋਵੇ, ਹਾਕੀ ਹੋਵੇ, ਫੁੱਟਬਾਲ ਹੋਵੇ, ਕਬੱਡੀ ਹੋਵੇ, ਪੁਰਾਣੀਆਂ ਜਿਹੜੀਆਂ ਆਪਣੀਆਂ ਖੇਡਾਂ ਕਿਲ੍ਹਾ ਰਾਏਪੁਰ ਹੁੰਦੀਆਂ ਸੀ ਜਿਹੜੀਆਂ ਸਾਰੇ ਕਰਾਉਂਦੇ ਨੇ, ਉਹ ਸਾਰੀਆਂ ਗੇਮਾਂ ਆਪਾਂ ਵਾਪਸ ਲੈ ਕੇ ਆਈਏ, ਤਾਂ ਕਿ ਜਿਹੜਾ ਆਪਣਾ ਵਿਛੜਿਆ ਪੰਜਾਬ ਹੈ ਉਹ ਸਾਰਾ ਇਕੱਠਾ ਹੋ ਚੁੱਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਕੋਲ ਆ ਜਾਓ, ਫੋਟੋ ਖਿੱਚਵਾਏ।